आओ प्यारे बच्चों रल के करिए सवेर दा तो बचो अज की सवेर की सभा थोड़े बहुत ही रोचक जानकारी लेके आई है तो चलो शुरू करते हाँ आज दे दिन तो बच्चों आज के दिन है हाँ जी तो आज है शुक्रवार आज की मिति है ग्यारह सितंबर दो हजार भी चलो अगे व ਅੱਜ ਦਾ ਵਿਚਾਰ ਤਾਂ ਬੱਚਿਓ ਅੱਜ ਦਾ ਵਿਚਾਰ ਹੈ ਕਦੇ ਦੂਜਿਆਂ ਨੂੰ ਠੇਸ ਨਾ ਪੁੰਚਾਓ ਹਾਂਜੀ ਬੱਚਿਓ ਸਾਨੂੰ ਕਦੇ ਵੀ ਦੂਜਿਆਂ ਨੂੰ ਠੇਸ ਨਹੀਂ ਪੁੰਚਾਉਣੀ ਚਾਹੀਦੀ ਦੇਖੋ ਬੱਚਿਓ ਜ਼ਿੰਦਗੀ ਕਦੇ ਵੀ ਗੁਲਾਬ ਦਾ ਬਿਸਤਰਾ ਨਹੀਂ ਹੁੰਦੀ ਇਹ ਉਤਰਾ ਚੜਾਅ ਨਾਲ ਭਰੀ ਹੁੰਦੀ ਹੈ ਸਾਡੇ ਮੁਸ਼ਕਿਲ ਅਤੇ ਔਖੇ ਸਮੇਂ ਅਸਲ ਵਿੱਚ ਸਾਨੂੰ ਜੀਵਨ ਦੇ ਮਹੱਤਵਪੂਰਨ ਸਬਕ ਸਿਖਾਉਂਦੇ ਹਨ ਚੁਣੌਤੀਆਂ ਵੀ ਜ਼ਿੰਦਗੀ ਵਿੱਚ ਆਉਂਦੀਆਂ ਹਨ ਪਰ ਕਿਸੇ ਨੂੰ ਠੇਸ ਪਹੁੰਚਾ ਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਵਾਲੀ ਸਥਿਤੀ ਨਾ ਹੀ ਬਣਾਈਏ ਤਾਂ ਬਿਹਤਰ ਹੋਏਗਾ ਇਸ ਲਈ ਜਾਣੇ ਅਣਜਾਣੇ ਵਿੱਚ ਵੀ ਕਿਸੇ ਨੂੰ ਠੇਸ ਜਾਂ ਦੁੱਖ ਨਾ ਪਹੁੰਚਾਓ ਇਸ ਜ਼ਿੰਦਗੀ ਵਿੱਚ ਸਾਡਾ ਮੁੱਖ ਉਦੇਸ਼ ਦੂਸਰਿਆਂ ਦੀ ਮਦਦ ਕਰਨਾ ਅਤੇ ਦੂਜਿਆਂ ਨੂੰ ਹਰ ਮੋੜ ਤੇ ਉੱਚਾ ਉਠਾਉਣਾ ਹੁੰਦਾ ਹੈ ਬੱਚਿਓ ਜੇ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸ ਨੂੰ ਠੇਸ ਨਾ ਪਹੁੰਚਾਓ ਇਸ ਕਰਕੇ ਬੱਚਿਓ ਸਾਨੂੰ ਕਦੇ ਵੀ ਦੂਸਰਿਆਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਚਲੋ ਅੱਗੇ ਵਧીએ ਗਿਆਨ ਵਿਗਿਆਨ ਦੇ ਪ੍ਰਸ਼ਨਾਂ ਵੱਲ ਤਾਂ ਬੱਚਿਓ ਗਿਆਨ ਵਿਗਿਆਨ ਦਾ ਪਹਿਲਾ ਪ੍ਰਸ਼ਨ ਹੈ ਭਾਰਤ ਦੇ ਪਹਿਲੇ ਉਪਗ੍ਰਹਿ ਦਾ ਨਾਂ ਦੱਸੋ ਹਾਂਜੀ ਬੱਚਿਓ ਤਾਂ ਭਾਰਤ ਦਾ ਪਹਿਲਾ ਉਪਗ੍ਰਹਿ ਆਰਿਆ ਭਟ ਇਸ ਬਾਰੇ ਥੋੜੀ ਜਾਣਕਾਰੀ ਲੋ ਬੱਚਿਓ ਆਰਿਆਪਟ ਮਹਾਨ ਖਗੋਲ ਸ਼ਾਸਤਰੀ ਅਤੇ ਗਣਿਤ ਸ਼ਾਸਤਰੀ ਹੋਏ ਹਨ ਇਹਨਾਂ ਦਾ ਜਨਮ ਬਿਹਾਰ ਵਿਖੇ ਪਟਨਾ ਵਿੱਚ ਕੁਸਮਪੁਰ ਵਿਖੇ ਹੋਇਆ ਇਹਨਾਂ ਦਾ ਜਨਮ 476 ਏਡੀ ਮੰਨਿਆ ਜਾਂਦਾ ਹੈ ਬੱਚਿਓ ਇਹਨਾਂ ਨੇ ਕਈ ਮਹੱਤਵਪੂਰਨ ਖੋਜਾਂ ਕੀਤੀਆਂ ਜਿਵੇਂ ਜ਼ੀਰੋ ਦੀ ਖੋਜ ਦਸ਼ਮਲਵ ਦੀ ਖੋਜ ਕੈਲੰਡਰ ਦੀ ਖੋਜ ਪਾਈ $\theta$ ਦੀ ਖੋਜ ਅਤੇ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਬਾਰੇ ਵੀ ਇਨਾਂ ਨੇ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਬੱਚਿਓ ਆਰਿਆਪੱਟ ਗੁਪਤ ਕਾਲ ਦੇ ਮਹਾਨ ਗਣਿਤ ਸ਼ਾਸਤਰੀ ਹੋਏ ਹਨ ਚਲੋ ਅੱਗੇ ਵਧੀਏ ਅੱਜ ਦਾ ਦੂਸਰਾ ਪ੍ਰਸ਼ਨ ਤਾਂ ਬੱਚਿਓ ਅੱਜ ਦਾ ਦੂਸਰਾ ਪ੍ਰਸ਼ਨ ਹੈ ਕਿਲਾ ਮੁਬਾਰਕ ਕਿੱਥੇ ਸਥਿਤ ਹੈ ਤਾ ਬੱਚਿਓ ਕਿਲਾ ਮੁਬਾਰਕ ਬਠਿੰਡਾ ਵਿੱਚ ਸਥਿਤ ਹੈ ਇਸ ਬਾਰੇ ਥੋੜੀ ਜਾਣਕਾਰੀ ਲੋ ਕਿਲਾ ਮੁਬਾਰਕ ਬੱਚਿਓ 2000 ਸਾਲ ਪੁਰਾਣਾ ਹੈ ਇਹ ਕਨਿਸ਼ਕਾਂ ਦੀ ਦੇਨ ਹੈ ਇਹ ਇੱਕ ਅਜੀਹਾਂ ਇੱਟਾਂ ਨਾਲ ਬਣਿਆ ਹੋਇਆ ਹੈ ਜਿਨ੍ਹਾਂ ਨੂੰ ਅੱਜ ਦੇ ਸਮੇਂ ਨਾਨਕ ਸ਼ਾਹੀ ਇੱਟਾਂ ਦਾ ਨਾਮ ਦਿੱਤਾ ਗਿਆ ਹੈ ਬੱਚਿਓ ਉਸ ਸਮੇਂ ਇਸ ਕਿਲੇ ਦੇ 32 ਬੁਰਜ ਸੰਨ ਇਹ ਕਿਲਾ ਰੱਜਿਆ ਸੁਲਤਾਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਬੱਚਿਓ ਆਪਣੇ ਸਿੱਖ ਧਰਮ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਕਿਲੇ ਦੇ ਵਿੱਚ ਆਏ ਸਨ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਤਾਂ ਬੱਚਿਓ ਅੱਜ ਦਾ ਤੀਸਰਾ ਪ੍ਰਸ਼ਨ ਹੈ ਸ਼ਹੀਦ ਰਾਜਗੁਰੂ ਕਿੱਥੋਂ ਦਾ ਰਹਿਣ ਵਾਲਾ ਸੀ ਤਾਂ ਬੱਚਿਓ ਸ਼ਹੀਦ ਰਾਜਗੁਰੂ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ ਇਹ ਮਹਾਰਾਸ਼ਟਰ ਦੇ ਖੇੜਾ ਨਾਂ ਦੇ ਸਥਾਨ ਤੇ ਰਹਿੰਦੇ ਸਨ ਬੱਚਿਓ ਇਨ੍ਹਾਂ ਦਾ ਵਾਸਤਵਿਕ ਨਾਮ ਸ਼ਿਵਰਾਮ ਰਾਜਗੁਰੂ ਸਿੰਘ ਇਨ੍ਹਾਂ ਦਾ ਜਨਮ 24 ਅਗਸਤ 1908 ਈਸਵੀ ਦੇ ਵਿੱਚ ਹੋਇਆ ਇਹ ਭਗਤ ਸਿੰਘ ਦੇ ਇੱਕ ਸੱਚੇ ਮਿੱਤਰ ਸਨ ਬੱਚਿਓ 7 ਅਕਤੂਬਰ 1930 ਈਸਵੀ ਨੂੰ ਇਨਾਂ ਨੂੰ ਫਾਂਸੀ ਦੀ ਸਜ਼ਾ ਸੁناਈ ਗਈ ਅਤੇ 23 ਮਾਰਚ 1931 ਈਸਵੀ ਨੂੰ ਲਾਹੌਰ ਦੀ ਜੇਲ੍ਹ ਵਿੱਚ ਇਨਾਂ ਨੂੰ ਇਨਾਂ ਦੇ ਦੋ ਸਾਥੀਆਂ ਦੇ ਨਾਲ ਫਾਂਸੀ ਦਿੱਤੀ ਗਈ ਚਲੋ ਅੱਗੇ ਵਧੀਏ ਅੱਜ ਦਾ ਚੌਥਾ ਪ੍ਰਸ਼ਨ ਤਾਂ ਬੱਚਿਓ ਅੱਜ ਦਾ ਚੌਥਾ ਪ੍ਰਸ਼ਨ ਹੈ ਰੋਮਨ ਅੰਕ ਪ੍ਰਣਾਲੀ ਵਿੱਚ 20 ਨੂੰ ਕਿਵੇਂ ਲਿਖਿਆ ਜਾਂਦਾ ਹੈ ਤਾਂ ਬੱਚਿਓ ਇਹ ਹੈ ਰੋਮਨ ਅੰਕ ਪ੍ਰਣਾਲੀ ਦਾ ਚਾਰਟ ਤੁਹਾਡੇ ਸਾਹਮਣੇ ਤਾਂ ਇਸ ਵਿੱਚ v ਨੂੰ ਡਬਲ x ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਦੇਖੋ ਬੱਚਿਓ x ਨੂੰ ਆਪਾਂ 10 ਲਿਖਦੇ ਹਾਂ ਤੇ ਡਬਲ x ਕੀ ਹੋ ਜਾਏਗਾ v ਹਾਂਜੀ ਚਲੋ ਅੱਗੇ ਵਧਿਏ ਅੱਜ ਦਾ ਪੰਜਵਾਂ ਪ੍ਰਸ਼ਨ ਤਾਂ ਬੱਚਿਓ ਅੱਜ ਦਾ ਪੰਜਵਾਂ ਪ੍ਰਸ਼ਨ ਹੈ ਸਰੀਰ ਦਾ ਤਾਪਮਾਨ ਮਾਪਣ ਲਈ ਡਾਕਟਰ ਕਿਸ ਔਜ਼ਾਰ ਦੀ ਵਰਤੋਂ ਕਰਦਾ ਹੈ ਹਾਂਜੀ ਤਾਂ ਬੱਚੋ ਸਭ ਨੂੰ ਪਤਾ ਹੈ ਕਿ ਜਦੋਂ ਆਪਾਂ ਆਪਣੇ ਸਰੀਰ ਦਾ ਤਾਪਮਾਨ ਮਾਪਣਾ ਹੈ ਤਾਂ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਥਰਮਾਮੀਟਰ ਦੀ ਹਾਂਜੀ ਜਦੋਂ ਸਾਨੂੰ ਬੁਖਾਰ ਹੁੰਦਾ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਤੇ ਉਹ ਥਰਮਾਮੀਟਰ ਨਾਲ ਸਾਡਾ ਤਾਪਮਾਨ ਚੈੱਕ ਕਰਦਾ ਹੈ ਚਲੋ ਅੱਗੇ ਵਧੀਏ ਆਓ ਬੁੱਝੀਏ ਤਾ ਬੱਚਿਓ ਅੱਜ ਦੀ ਬੁਝਾਰਤ ਹੈ ਧਿਆਨ ਨਾਲ ਸੁਣੋ ਤੁਰਦੀ ਹਾਂ ਪਰ ਦਿਸਦੀ ਨਹੀਂ ਤੁਰਦੀ ਹਾਂ ਪਰ ਦਿਖਦੀ ਨਹੀਂ ਮੇਰੇ ਨਾਲ ਸਭ ਦੀ ਜਾਨ ਦੋ ਲਫ਼ਜ਼ਾਂ ਦੀ ਚੀਜ਼ ਹਾਂ ਬੁੱਝੋ ਮੇਰਾ ਨਾਮ ਹਾਂਜੀ ਬੱਚਿਓ ਬੁੱਝੋ ਬਹੁਤ ਵਧੀਆ ਹੈ ਅੱਜ ਦੀ ਬੁਝਾਰਤ ਦੇਖੋ ਬੱਚਿਓ ਧਿਆਨ ਨਾਲ ਕਿ ਕੋਈ ਐਹੋ ਜੀ ਚੀਜ਼ ਹੈ ਜੋ ਧੀ ਕਹਿ ਰਹੀ ਏ ਕਿ ਮੈਂ ਤੁਰਦੀ ਹਾਂ ਪਰ ਦਿਖਦੀ ਨਹੀਂ ਠੀਕ ਹੈ ਮੇਰੇ ਨਾਲ ਹੀ ਸਾਰਿਆਂ ਦੀ ਜਾਨ ਹੈ ਭਾਵ ਮੈਂ ਹੀ ਸਭ ਨੂੰ ਜਾਨ ਬਖਸ਼ੀ ਹੋਈ ਹੈ ਦੋ ਲਫ਼ਜ਼ਾਂ ਦੀ ਚੀਜ਼ ਹੈ ਦੋ ਅੱਖਰਾਂ ਦੀ ਉਹ ਚੀਜ਼ ਹੈ ਬੁੱਝੋ ਮੇਰਾ ਨਾਮ ਤਾਂ ਮੇਰਾ ਨਾਮ ਕੀ ਹੈ ਹਾਂਜੀ ਹਵਾ ਚਲੋ ਅੱਗੇ ਵਧিয়ে ਅੱਜ ਦੇ ਸ਼ਬਦ ਤਾਂ ਬੱਚਿਓ ਅੱਜ ਦਾ ਪਹਿਲਾ ਸ਼ਬਦ ਹੈ ਗ੍ਰੇਸ ਗ੍ਰੇਸ ਹੁੰਦਾ ਹੈ ਸਜਾਣਾ ਅੱਜ ਦਾ ਦੂਸਰਾ ਸ਼ਬਦ ਹੈ ਗ੍ਰਿਲ ਗ੍ਰਿਲ ਹੁੰਦਾ ਹੈ ਪੁੰਨਾ ਅੱਜ ਦਾ ਤੀਸਰਾ ਸ਼ਬਦ ਹੈ ਗਰਾਉਂਡ ਗਰਾਉਂਡ ਹੁੰਦਾ ਹੈ ਮੈਦਾਨ ਅੱਜ ਦਾ ਚੌਥਾ ਸ਼ਬਦ ਹੈ ਗ੍ਰੇਟ ਗ੍ਰੇਟ ਹੁੰਦਾ ਹੈ ਮਹਾਨ ਅੱਜ ਦਾ ਪੰਜਵਾਂ ਸ਼ਬਦ ਹੈ ਗਰੇਪਸ ਗਰੇਪਸ ਹੁੰਦਾ ਹੈ ਅੰਗੂਰ